दिल्ली सिख गुरुद्वारा कमेटी ने 5 मई से गुरु हरिकृष्ण इंस्टीट्यूट ऑफ मेडिकल साइंसेज में ओपीडी सेवाएं शुरू करने का ऐलान किया। जरूरतमंदों को अस्पताल में मुफ्त इलाज की सुविधा मिलेगी। 27 और 28 अप्रैल को लाल किले पर बड़े स्तर पर मनाया जाएगा दिल्ली फतेह दिवस। ये कहना है हरमीत सिंह कालका और जगदीप सिंह कालोका। डेली न्यूज ऑनलाइन .in के लिए कुलवंत कौर के साथ बंसी लाल की रिपोर्ट देखी। ਬਾਲਾ ਸਾਹਿਬ ਹਸਪੀਟਲ ਦੇ ਵਿੱਚ ਜਿਹੜੀ ਡਾਇਲਿਸਿਸ ਹੋ ਰਹੀ ਆ ਉੱਥੇ 20 ਕਾਊਂਟਰ ਵੀ ਨਹੀਂ ਲੱਗਿਆ ਕਿਉਂਕਿ ਉਹ ਜ਼ੀਰੋ ਉੱਥੇ ਲੋਕਾਂ ਕੋਲ ਪੈਸਾ ਲਿਆ ਜਾਂਦਾ ਇਸ ਕਰਕੇ ਉੱਥੇ ਕੋਈ 20 ਕਾਊਂਟਰ ਵੀ ਨਹੀਂ ਬਣਾਇਆ ਗਿਆ। ਐਸੀ ਤਰੀਕੇ ਦੇ ਨਾਲ ਇਸ ਹਸਪੀਟਲ ਦੀ ਆਰੰਭਤਾ ਕਰਦੇ ਵਕਤ ਮੈਨੂੰ ਇਹ ਖੁਸ਼ੀ ਹੈ ਦੱਸਦੇ ਹੋਏ ਸੰਤਾਵਾਂ ਸੇ ਕਿ ਫੈਸਲਾ ਲਿਆ ਗਿਆ ਕਿ ਇਹ ਜ਼ੀਰੋ ਕੋਸਟ ਦੇ ਉੱਤੇ ਓਪੀਡੀ ਸ਼ੁਰੂ ਕੀਤੀ ਜਾਏਗੀ। ਕੋਈ ਵੀ ਬੰਦਾ ਜਾ ਕੇ ਉੱਥੇ ਡਾਕਟਰ ਨੂੰ ਦਿਖਾਏਗਾ ਉਸਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ ਹੈ। ਫਰੀ ਆਫ ਕੋਸਟ ਜਿਹੜੀ ਹੈ ਓਪੀਡੀ ਸ਼ੁਰੂ ਕੀਤੀ ਜਾਏਗੀ। ਅਗਰ ਉਹਦਾ ਕੋਈ ਵੱਡਾ ਇਲਾਜ ਹੋਣਾ ਹੋਵੇਗਾ ਤੇ ਉਹ ਡਾਕਟਰਸ ਜਾਂ ਜਿਹੜੇ ਉਹਦੇ ਸਪੈਸ਼ਲਿਸਟ ਨੇ ਉਹਨਾਂ ਨੂੰ ਜਿਹੜਾ ਰਿਕਮੈਂਡ ਕੀਤਾ ਜਾਏਗਾ ਉਹਦੀ ਅਲੱਗ ਚਾਰਜਸ ਨੇ। ਮਗਰ ਹਸਪੀਟਲ ਵਸੇ ਸ਼ੁਰੂਆਤ ਕਰਨ ਵਸੇ ਔਰ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਵੀ ਜਿਹੜਾ ਖਰਚਾ ਆਏਗਾ ਗੁਰਦੁਆਰਾ ਕਮੇਟੀ ਤੋਂ ਬੇਅਰ ਕੀਤਾ ਜਾਏਗਾ ਨਾ ਕਿ ਸੰਗਤਾਂ ਦੇ ਉਸਦੇ ਤੇ ਇਹ ਹਸਪੀਟਲ ਵੀ ਜ਼ੀਰੋ ਜਿਹੜੀ ਕੋਸਟਿੰਗ ਦੇ ਉੱਤੇ ਸ਼ੁਰੂ ਕੀਤਾ ਜਾਏਗਾ। ਲੋਕ ਬੰਦਿਆਂ ਦਾ ਕੋਈ ਉੱਥੇ ਪੈਸਾ ਨਾ ਲੱਗੇ ਇਹ ਇੱਕ ਖੁਸ਼ੀ ਦੀ ਗੱਲ ਹੈ। ਸੋ ਇਹ ਦੋ ਵੱਡੀਆਂ ਉਪਲਬਧੀਆਂ ਇਸ ਮਹੀਨੇ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਇਤਿਹਾਸ ਨੂੰ ਉਜਾਗਰ ਕਰਨ ਲਈ ਔਰ ਦੂਸਰੀ ਤਰਫ ਜਿਹੜੇ ਇਸ ਹਸਪੀਟਲ ਦੀ ਆਰੰਭਤਾ ਕਰਨ ਜਾ ਰਹੇ ਹਾਂ ਉਹਦੇ ਲਈ ਸਾਰੀਆਂ ਸੰਗਤਾਂ ਨੂੰ ਅਸੀਂ ਸੱਦਾ ਦੇਵਾਂਗੇ ਕਿ 5 ਤਰੀਕ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਾਣਦੇ ਹੋਏ ਕੀਰਤਨ ਦਰਬਾਰ ਸਜਾ ਕੇ ਅਰਦਾਸ ਕਰਕੇ ਬਾਬਾ ਬਚਨ ਸਿੰਘ ਜੀ ਵਰਗਿਆ ਜਿਹਨਾਂ ਜਿਹੜੀ ਅੱਜ ਬਾਬਾ ਹਰਬੰਸ ਸਿੰਘ ਜੀ ਦੀ ਸੰਪਰਦਾ ਨੂੰ ਸਾਂਭ ਰਹੇ ਹੈ ਤੇ ਉਹਨਾਂ ਵੱਲੋਂ ਅਰਦਾਸ ਕਰਨ ਤੋਂ ਬਾਅਦ ਸ਼ਮੂਲੀਅਤ ਪਾਉਣ ਤੋਂ ਬਾਅਦ ਇਹ ਹਸਪੀਟਲ ਜਿਹੜਾ ਸੰਗਤਾਂ ਲਈ ਜ਼ੀਰੋ ਓਪੀਡੀ ਦੇ ਨਾਲ ਖੋਲ੍ਹਿਆ ਜਾ ਰਿਹਾ ਹੈ। ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ੍ਹ ਕੇ 5 ਮਈ ਨੂੰ ਗੁਰਦੁਆਰਾ ਬਾਲਾ ਸਾਹਿਬ ਗੁਰੂ ਹਰਕ੍ਰਿਸ਼ਨ ਹਸਪੀਟਲ ਪਹੁੰਚ ਕੇ ਉੱਥੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੀਏ ਔਰ ਕੌਮ ਵੱਲੋਂ ਬਣਾਏ ਗਏ ਕਿਉਂਕਿ ਇਹ ਸਾਂਝਾ 27 ਔਰ 28 ਅਪ੍ਰੈਲ ਨੂੰ ਇਹ ਫਤਿਹ ਦਿਵਸ ਮਨਾਇਆ ਜਾ ਰਿਹਾ ਜਿਹਦੇ ਵਿੱਚ ਪਹਿਲੇ ਦਿਨ ਕੀਰਤਨ ਦਰਬਾਰ ਸਜਾਏ ਜਾਣਗੇ ਔਰ ਦੂਸਰੇ ਦਿਨ ਜਰਨੈਲੀ ਮਾਰਚ ਹੋਏਗੀ ਉੱਥੇ ਗੱਤਕੇ ਦੀ ਪਰਫੋਰਮੈਂਸਿਸ ਹੋਣਗੀਆਂ ਢਾਡੀ ਵਾਰਾਂ ਗਾਈਆਂ ਜਾਣਗੀਆਂ ਔਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹੜਾ ਸਾਡਾ ਬਹੁਤ ਵੱਡਾ ਇੱਕ ਸਰਮਾਇਆ ਕੌਮ ਦਾ ਉਹਨਾਂ ਸਕੂਲਾਂ ਦੇ ਬੱਚਿਆਂ ਵੱਲੋਂ ਪਰਫੋਰਮੈਂਸਿਸ ਕਰਕੇ ਆਪਣੇ ਕੌਮ ਦੇ ਬਾਰੇ ਦੱਸਿਆ ਜਾਏਗਾ ਔਰ ਨਾਲ ਆਪਣੇ ਗੁਰੂ ਇਤਿਹਾਸ ਦੇ ਬਾਰੇ ਦੱਸਿਆ ਜਾਏਗਾ। ਇਹ ਸਾਰੀਆਂ ਪਰਫੋਰਮੈਂਸਿਸ 2 ਦਿਨ ਦੇ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਔਰ ਇਹਨਾਂ ਦੇ ਵਿੱਚ ਜਿੱਥੇ ਸੰਤ ਸਮਾਜ ਵੱਡੇ ਵੱਡੇ ਨਿਹੰਗ ਸਿੰਘ ਜਥੇਬੰਦੀਆਂ ਪਾਰਟੀਸਪੇਟ ਕਰ ਰਹੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਔਰ ਤਿੰਨੋਂ ਜਥੇਦਾਰਾਂ ਸਾਹਿਬ ਨੂੰ ਪੰਜਾਬ ਤੋਂ ਬੁਲਾਇਆ ਜਾ ਰਿਹਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹਦੇ ਲਈ ਸੱਦਾ ਦਿੱਤਾ ਗਿਆ।